ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵੈਲਕਮ ਟੂ ਮਾਈ ਚੈਨਲ। ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਕੱਲ੍ਹ ਅਤੇ ਪਰਸੋਂ ਦੋਨੋਂ ਦਿਨ ਮਾਡਰਨ ਹਿਸਟਰੀ ਦੇ ਜੋ ਕੁਐਸ਼ਨਸ ਨੇ ਉਹ ਕਵਰ ਕੀਤੇ ਸੀਗੇ, ਅਤੇ ਉਸੇ ਕ੍ਰੋਨੋਲੋਜੀ ਨੂੰ ਆਪਾਂ ਕੰਟੀਨਿਊ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਉਸ ਤੋਂ ਅੱਗੇ ਵਾਲਾ ਜੋ ਪਾਰਟ ਹੈ ਹਿਸਟਰੀ ਦਾ, ਠੀਕ ਹੈ, ਉਹਨੂੰ ਕਵਰ ਕਰਾਂਗੇ, ਜਿਹਦੇ ਵਿੱਚ ਆਪਣੇ ਕੋਲ ਐਂਗਲੋ ਮਿਜ਼ੋਰ ਵਾਰਸ ਹੋਣਗੇ, ਠੀਕ ਹੈ, ਯਾਨੀ ਕਿ ਜੋ ਹੈਦਰ ਅਲੀ ਜਾਂ ਟੀਪੂ ਸੁਲਤਾਨ ਦੇ ਵਾਰਸ ਹੋਈਆਂ ਨੇ ਬ੍ਰਿਟਿਸ਼ ਦੇ ਨਾਲ, ਠੀਕ ਹੈ, ਉਹਨਾਂ ਨੂੰ ਥਰੂ ਐਮ ਸੀ ਕਿਊ ਆਪਾਂ ਕਵਰ ਕਰਾਂਗੇ। ਉਹਨਾਂ ਦੇ ਵਿੱਚ ਜੋ ਟ੍ਰੀਟੀਜ਼ ਹੋਈਆਂ ਨੇ ਉਹਨਾਂ ਨੂੰ ਕਵਰ ਕਰਾਂਗੇ। ਸੋ ਕਰਦੇ ਹਾਂ ਸ਼ੁਰੂ। ਵੈਨ ਦਾ ਫਸਟ ਐਂਗਲੋ ਮਿਜ਼ੋਰ ਵਾਰ ਹੈਲਡ, ਠੀਕ ਹੈ, ਜੋ ਪਹਿਲਾ ਐਂਗਲੋ ਮਿਜ਼ੋਰ ਵਾਰ ਹੈ ਉਹ ਕਦੋਂ ਹੋਇਆ, ਤਾਂ ਇਸਦਾ ਸਹੀ ਜਵਾਬ ਹੈ ਆਪਸ਼ਨ ਨੰਬਰ ਏ, ਠੀਕ ਹੈ, 1767 ਅਤੇ 69 ਦੇ ਵਿੱਚ ਇੰਗਲਿਸ਼ ਐਂਡ ਜੋ ਟੀਪੂ ਸੁਲਤਾਨ ਐਂਡ ਹੈਦਰ ਅਲੀ ਸੀਗੇ, ਠੀਕ ਹੈ, ਉਹਨਾਂ ਦੀ ਜੋ ਰਿਆਸਤ ਸੀਗੀ ਮਿਜ਼ੋਰ, ਠੀਕ ਹੈ, ਉਹਨਾਂ ਦੇ ਵਿਚਕਾਰ ਯੁੱਧ ਲੜਿਆ ਗਿਆ 1767 ਅਤੇ 1769 ਦੇ ਵਿੱਚ। ਇਹਦੀਆਂ ਡੇਟਸ ਬਹੁਤ ਇੰਪੋਰਟੈਂਟ ਨੇ, ਸੋ ਇਹਨਾਂ ਨੂੰ ਨੋਟ ਡਾਊਨ ਕਰ ਲੈਣਾ। ਸੋ ਇਸ ਯੁੱਧ ਤੋਂ ਬਾਅਦ, ਠੀਕ ਹੈ, ਜੋ ਫਸਟ ਐਂਗਲੋ ਮਿਜ਼ੋਰ ਵਾਰ ਹੋਇਆ, ਇਹਦੇ ਤੋਂ ਬਾਅਦ ਇੱਕ ਟ੍ਰੀਟੀ ਸਾਈਨ ਕੀਤੀ ਗਈ ਦੋਨਾਂ ਧਿਰਾਂ ਦੇ ਵਿੱਚ। ਸੋ ਉਹਦਾ ਨਾਂ ਸੀਗਾ ਟ੍ਰੀਟੀ ਆਫ ਮਦਰਾਸ। ਅਤੇ ਇਹ ਕਦੋਂ ਸਾਈਨ ਕੀਤੀ ਗਈ ਸੀਗੀ, ਤਾਂ ਇਹ ਸਾਈਨ ਕੀਤੀ ਗਈ 1769 ਦੇ ਵਿੱਚ, ਠੀਕ ਹੈ, ਟ੍ਰੀਟੀ ਆਫ ਮਦਰਾਸ, ਕਿਉਂਕਿ ਟ੍ਰੀਟੀ ਦੇ ਹਿਸਾਬ ਨਾਲ ਵੀ ਕੁਐਸਚਨ ਪੁੱਛ ਲੈਂਦੇ ਨੇ, ਠੀਕ ਹੈ, ਜਿਵੇਂ ਟ੍ਰੀਟੀ ਆਫ ਲਾਹੌਰ ਪੁੱਛ ਲਿਆ। ਇਹਦਾ ਟ੍ਰੀਟੀਜ਼ ਵੀ ਜੋ ਲੜਾਈਆਂ ਤੋਂ ਬਾਅਦ ਹੋਈਆਂ ਨੇ ਉਹ ਕਿਤੇ ਨਾ ਕਿਤੇ ਆਪਣੇ ਕੋਲ ਇੰਪੋਰਟੈਂਟ ਹੁੰਦੀਆਂ ਨੇ। ਅਤੇ ਅਗਰ ਸਪੈਸ਼ਲੀ ਤੁਸੀਂ ਸੀਨੀਅਰ ਅਸਿਸਟੈਂਟ ਜਾਂ ਲੇਬਰ ਇੰਸਪੈਕਟਰ ਦੀ ਤਿਆਰੀ ਕਰ ਰਹੇ ਹੋ, ਤਾਂ ਤੁਹਾਨੂੰ ਇਹ ਵਾਲੀਆਂ ਚੀਜ਼ਾਂ ਥੋੜ੍ਹਾ ਸੀਰੀਅਸ ਹੋ ਕੇ ਕਰਨੀਆਂ ਪੈਣਗੀਆਂ, ਠੀਕ ਹੈ। ਤਾਂ ਇਹਨੂੰ ਨੋਟ ਡਾਊਨ ਕਰ ਲੈਣਾ ਕਿ ਜੋ ਟ੍ਰੀਟੀ ਆਫ ਮਦਰਾਸ ਫਸਟ ਐਂਗਲੋ ਮਿਜ਼ੋਰ ਵਾਰ ਤੋਂ ਬਾਅਦ ਹੋਈ ਸੀਗੀ 1769 ਦੇ ਵਿੱਚ। ਉਸ ਤੋਂ ਬਾਅਦ ਜੋ ਸੈਕਿੰਡ ਐਂਗਲੋ ਮਿਜ਼ੋਰ ਵਾਰ ਹੈ ਉਹ ਕਦੋਂ ਹੋਇਆ, ਠੀਕ ਹੈ, ਇਹਨਾਂ ਦੇ ਵਿੱਚ ਟੋਟਲ 4 ਐਂਗਲੋ ਮਿਜ਼ੋਰ ਵਾਰ ਹੋਏ ਆ, ਠੀਕ ਹੈ, ਮਿਜ਼ੋਰ ਜੋ ਰਿਆਸਤ ਸੀਗੀ ਅਤੇ ਆਪਣੇ ਇੰਗਲਿਸ਼, ਠੀਕ ਹੈ, ਉਹਨਾਂ ਦੇ ਵਿਚਕਾਰ। ਅਤੇ ਇਹ ਜੋ ਸੈਕਿੰਡ ਯੁੱਧ ਸੀਗਾ ਇਹ 1780 ਤੋਂ 84 ਤੱਕ ਚੱਲਿਆ, ਠੀਕ ਹੈ। ਅਗਲਾ ਜੀ, ਇਸ ਯੁੱਧ ਤੋਂ ਬਾਅਦ ਹੁਣ ਜਿਹੜਾ ਸੈਕਿੰਡ ਐਂਗਲੋ ਮਿਜ਼ੋਰ ਵਾਰ ਹੋਇਆ, ਠੀਕ ਹੈ, ਉਸ ਤੋਂ ਬਾਅਦ ਵੀ ਇੱਕ ਸੰਧੀ ਸਾਈਨ ਕੀਤੀ ਗਈ ਟ੍ਰੀਟੀ ਆਫ ਮੈਂਗਲੋਰ, ਠੀਕ ਹੈ। ਤਾਂ ਇਹ ਜੋ ਟ੍ਰੀਟੀ ਸੀਗੀ ਇਹ ਸਾਈਨ ਕੀਤੀ ਗਈ 1782 ਨੂੰ, ਸੈਕਿੰਡ ਐਂਗਲੋ ਮਿਜ਼ੋਰ ਵਾਰ ਤੋਂ ਬਾਅਦ, ਠੀਕ ਹੈ, ਇਹ ਚੱਲਿਆ ਸੀ ਆਪਣੇ ਕੋਲ 80 ਤੋਂ ਲੈ ਕੇ 84 ਤੱਕ, ਅਤੇ ਉਹਦੇ ਵਿੱਚੋਂ ਚੱਲੇ ਇੱਕ ਸੰਧੀ ਸਾਈਨ ਕੀਤੀ ਗਈ 82 ਨੂੰ, ਠੀਕ ਹੈ, ਇਹਨੂੰ ਟ੍ਰੀਟੀ ਆਫ ਮੈਂਗਲੋਰ ਵੀ ਕਿਹਾ ਜਾਂਦਾ ਹੈ। ਸੋ ਜੋ ਥਰਡ ਐਂਗਲੋ ਮਿਜ਼ੋਰ ਵਾਰ ਹੈ ਇਹ ਕਦੋਂ ਹੋਇਆ, ਇਹ ਚੱਲਿਆ ਆਪਣੇ ਕੋਲ 1790 ਅਤੇ 91 ਦੇ ਵਿੱਚ, ਠੀਕ ਹੈ। ਸੋ ਆਪਸ਼ਨ ਏ ਇਜ਼ ਕਰੈਕਟ, ਇਹਦੇ ਵਿੱਚ ਹੋਇਆ ਆਪਣੇ ਕੋਲ। ਅਤੇ ਇਸ ਤੋਂ ਬਾਅਦ ਵੀ ਇੱਕ ਜੋ ਸੰਧੀ ਸਾਈਨ ਹੋਈ ਟ੍ਰੀਟੀ ਆਫ ਸੇਰਿੰਗਾਪਟਮ, ਠੀਕ ਹੈ, ਇਹ ਕਦੋਂ ਸਾਈਨ ਕੀਤੀ ਗਈ, ਇਹ 1790 ਦੇ ਵਿੱਚ ਸਾਈਨ ਕੀਤੀ ਗਈ। ਕਈਆਂ ਬੁੱਕਸ ਦੇ ਵਿੱਚ 1792 ਵੀ ਆਪਸ਼ਨ ਦੇ ਵਿੱਚ ਹੈ, ਠੀਕ ਹੈ, ਅਤੇ ਤੁਸੀਂ ਇਸ ਤਰ੍ਹਾਂ ਇਸਨੂੰ ਯਾਦ, ਕਿਉਂਕਿ ਆਪਣੇ ਕੋਲ ਜੋ ਵਾਰ ਹੈ ਉਹ 1790 ਅਤੇ 91 ਹੈ, ਠੀਕ ਹੈ, ਤਾਂ ਉਸ ਹਿਸਾਬ ਨਾਲ ਜਿਸ ਦੇ ਤਰ੍ਹਾਂ ਤੁਹਾਨੂੰ ਆਪਸ਼ਨ ਲੱਗੇਗੀ ਉਹ ਮਾਰਕ ਕਰ ਦੇਣਾ। ਜੋ ਵੀ ਆਪਸ਼ਨ ਦੇ ਵਿੱਚ ਅਗਰ 90 ਆਏਗਾ, ਮੈਂ ਤਾਂ ਵੈਸੇ ਇੱਥੇ ਦੋਨੋਂ ਹੀ ਲਈਆਂ ਨੇ, ਅਗਰ 92 ਆਪਸ਼ਨ 'ਚ ਹੋਏਗਾ ਤਾਂ ਤੁਸੀਂ ਉਹ ਮਾਰਕ ਕਰ ਦੇਣਾ, ਠੀਕ ਹੈ। ਸੋ ਫੋਰਥ ਐਂਗਲੋ ਮਿਜ਼ੋਰ ਵਾਰ ਹੈ ਇਹ ਕਦੋਂ ਹੋਇਆ, ਜਦੋਂ ਆਪਣੇ ਕੋਲ ਥਰਡ ਐਂਗਲੋ ਮਿਜ਼ੋਰ ਵਾਰ ਖਤਮ ਹੋ ਗਿਆ 1792 ਦੇ ਵਿੱਚ, ਤਾਂ ਉਸ ਤੋਂ ਬਾਅਦ ਕਾਫੀ ਗੈਪ, ਮਤਲਬ 5-6 ਸਾਲ ਜੋ ਸੀਗੇ ਦੋਨੋਂ ਜੋ ਧਿਰ ਸੀਗੇ ਆਪਣੇ ਆਪ ਨੂੰ ਹੋਰ ਤਾਕਤਵਰ ਬਣਾ ਰਹੀ ਸੀਗੀਆਂ, ਠੀਕ ਹੈ। ਅਤੇ ਉਸ ਤੋਂ ਬਾਅਦ ਜੋ ਫੋਰਥ ਐਂਗਲੋ ਮਿਜ਼ੋਰ ਵਾਰ ਉਹ ਆਪਣੇ ਕੋਲ 1798 ਅਤੇ 99 ਦੇ ਵਿੱਚ ਲੜਿਆ ਗਿਆ, ਠੀਕ ਹੈ। ਇਸ ਯੁੱਧ ਤੋਂ ਬਾਅਦ ਜੋ ਕਿ ਸੀਗਾ ਟੀਪੂ ਸੁਲਤਾਨ ਨੂੰ ਸੰਧੀ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਆਪਾਂ ਕਰ ਲੈਂਦੇ ਹਾਂ, ਬਟ ਟੀਪੂ ਸੁਲਤਾਨ ਨੂੰ ਇਸ ਲਈ ਪਹਿਲਾ ਦੇਸ਼ ਭਗਤ ਵੀ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਅੰਗਰੇਜ਼ਾਂ ਅੱਗੇ ਈਨ ਨਹੀਂ ਮੰਨੀ ਸੀ, ਠੀਕ ਹੈ, ਉਹ ਬੜੀ ਬਹਾਦਰੀ ਨਾਲ ਯੁੱਧ 'ਚ ਲੜਦੇ ਰਹੇ ਸੀਗੇ ਫੋਰਥ ਐਂਗਲੋ ਮਿਜ਼ੋਰ ਦੇ ਵਿੱਚ।
ਅਤੇ ਅਗਾ ਪਰ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਵੀ ਸੰਧੀ ਨਾਲ ਉਹ ਝੁਕੇ ਨਹੀਂ ਸੀਗੇ, ਠੀਕ ਹੈ, ਅਤੇ ਸ਼ਹੀਦ ਹੋ ਗਏ ਸੀਗੇ ਲੜਦੇ ਲੜਦੇ। ਇਸ ਲਈ ਉਹਨਾਂ ਨੂੰ ਭਾਰਤ ਦਾ ਪਹਿਲਾ ਦੇਸ਼ ਭਗਤ ਵੀ ਕਿਹਾ ਜਾਂਦਾ ਹੈ। ਸੋ ਕੁਸ਼ਚਨ ਹੈ ਕਿ ਹੂ ਵਾਜ਼ ਦਾ ਗਵਰਨਰ ਜਨਰਲ ਇਨ 1798? ਜੋਨ ਲੋਰੈਂਸ, ਲੋਰਡ ਵੈਲਸਲੀ, ਲੋਰਡ ਮਾਇਓ। ਠੀਕ ਹੈ, ਹੁਣ ਦੇਖੋ ਜਿਹੜੇ ਜਿੱਥੇ ਜਿੱਥੇ ਹੁਣ ਆਪਾਂ ਸਾਰੇ ਤਾਂ ਨਹੀਂ ਯਾਦ ਕਰ ਸਕਦੇ ਹੈ ਨਾ ਗਵਰਨਰ ਜਨਰਲ, ਬਟ ਜਿਹੜੇ ਕੁਛ ਇੰਪੋਰਟੈਂਟ ਨੇ ਉਹ ਤੁਹਾਨੂੰ ਯਾਦ ਕਰਨੇ ਪੈਣਗੇ। ਜਿਵੇਂ ਇਸ ਇਹ ਜੋ ਲੜਾਈਆਂ ਨੇ ਇਹ ਮਾਡਰਨ ਹਿਸਟਰੀ ਦੇ ਇੰਪੋਰਟੈਂਟ ਪਾਰਟ ਨੇ। ਸੋ ਇਹਦੇ ਵਿੱਚ ਜੋ ਗਵਰਨਰ ਜਨਰਲ ਹੈ ਉਹ ਹੋ ਗਏ। ਫਿਰ ਜਦੋਂ ਆਪਾਂ ਪੰਜਾਬ ਦੀ ਹਿਸਟਰੀ ਪੜ੍ਹਦੇ ਹਾਂ ਉਹਦੇ ਵਿੱਚ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਪੀਰੀਅਡ ਤੋਂ ਬਾਅਦ ਵਾਲੀ ਹਿਸਟਰੀ ਆ ਜਾਂਦੀ ਹੈ ਨਾ, ਜਾਂ ਕੁਛ ਉਸ ਤਰ੍ਹਾਂ, ਉਹ ਤੁਹਾਨੂੰ ਗਵਰਨਰ ਜਨਰਲ ਕਵਰ ਕਰਨੇ ਪੈਣਗੇ। ਠੀਕ ਹੈ, ਇਸਪੈਸ਼ਲੀ ਜਿਵੇਂ ਲਾਰਡ ਡਲਹੌਜ਼ੀ ਹੋ ਗਿਆ, ਜੋਨ ਲਾਰੈਂਸ ਹੋ ਗਿਆ, ਲੋਰਡ ਕਿਰਪਨ ਹੋ ਗਿਆ, ਅਤੇ ਲੋਰਡ ਕਰਜ਼ਨ ਹੋ ਗਿਆ, ਠੀਕ ਹੈ, ਲੋਰਡ ਮਾਇਓ, ਇਹ ਸਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਦੋਂ ਕਦੋਂ ਆਏ। ਸੋ ਆਪਣੇ ਕੋਲ ਇਹਦੇ ਵਿੱਚ ਸੀਗਾ ਲੋਰਡ ਵੈਲਸਲੀ ਸੀਗੇ 1798 ਦੇ ਵਿੱਚ ਗਵਰਨਰ ਜਨਰਲ ਭਾਰਤ ਦੇ। ਠੀਕ ਹੈ, ਸੋ ਅਗਲਾ ਕੁਸ਼ਚਨ ਹੈ ਜੀ, ਟ੍ਰੀਟੀ ਆਫ ਜੋ ਸਾਲਾਭਾਈ ਸੀਗੀ ਇਹ ਕਦੋਂ ਸਾਈਨ ਕੀਤੀ ਗਈ? ਤਾਂ ਇਹ 1782 ਦੇ ਵਿੱਚ ਸਾਈਨ ਕੀਤੀ ਗਈ। ਅਗਲਾ ਕੁਸ਼ਚਨ ਹੈ, ਵਟ ਇਜ਼ ਸਬਸਿਡਰੀ ਅਲਾਉਂਸ? ਇਹਨੂੰ ਐਮ ਸੀ ਕਿਊ ਫੋਰਮ ਦੇ ਵਿੱਚ ਮੈਂ ਨਹੀਂ ਲਿਆ, ਬਿਕੋਜ਼ ਇਹ ਕੰਸੈਪਟ ਹੈ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ। ਐਂਡ ਮੈਂ ਵਰਬਲੀ ਤੁਹਾਨੂੰ ਦੱਸਦੀ ਹਾਂ ਕਿ ਸਬਸਿਡਰੀ ਅਲਾਉਂਸ ਕੀ ਸੀਗਾ। ਇਹ ਦੇਖੋ ਅੰਗਰੇਜ਼ਾਂ ਨੇ ਇੱਕ ਨੀਤੀ ਅਪਣਾ ਲਈ ਸੀਗੀ, ਠੀਕ ਹੈ, ਜਿਹਦੇ ਮਤਲਬ ਜਦੋਂ ਉਹ ਫਾਈਟ ਕਰਦੇ ਸੀਗੇ ਇੰਡੀਆ ਵਾਲੀ ਕਿਸੇ ਵੀ ਰਿਆਸਤ ਦੇ ਨਾਲ, ਹੈ ਨਾ, ਅਤੇ ਅਗਰ ਉਹ ਰਿਆਸਤ ਦਾ ਰਾਜਾ ਹਾਰ ਜਾਂਦਾ ਸੀ, ਹੈ ਨਾ, ਜਾਂ ਤਾਂ ਮਤਲਬ ਹਾਰ ਗਿਆ ਤਾਂ ਉਹਦੇ ਨਾਲ ਸੰਧੀ ਕਰ ਲੈਂਦੇ ਸੀ। ਸੰਧੀ ਇੱਕ ਦੇ ਵਿੱਚ ਉਹ ਕੀ ਕਰਦੇ ਸੀਗੇ ਕਿ ਜੋ ਰਾਜਾ ਸੀ ਉਹਨੂੰ ਸਾਲ ਦੀ ਪੈਨਸ਼ਨ ਦੇ ਦਿੱਤੀ ਜਾਂਦੀ ਸੀ, ਠੀਕ ਹੈ, ਅਤੇ ਬਾਕੀ ਜੋ ਸਾਰਾ ਸਿਸਟਮ ਹੁੰਦਾ ਸੀਗਾ ਉਹ ਅੰਗਰੇਜ਼ ਖੁਦ ਚਲਾਉਂਦੇ ਸੀ। ਠੀਕ ਹੈ, ਇਸਨੂੰ ਕਿਹਾ ਜਾਂਦਾ ਹੈ ਸਬਸਿਡਰੀ ਅਲਾਉਂਸ। ਠੀਕ ਹੈ, ਇਹਦੇ ਵਿੱਚ ਜੋ ਆਰਮੀ ਸੀਗੀ ਉਹਦੇ ਵਿੱਚ ਵੀ ਕੁਛ ਬ੍ਰਿਟਿਸ਼ ਆਫਿਸਰ ਐਡ ਕਰ ਦਿੱਤੇ ਜਾਂਦੇ ਸੀ। ਜੋ ਅੱਜ ਦਾ ਇਸ ਸਪੈਸ਼ਲੀ ਰਵੈਨਿਊ ਸਿਸਟਮ, ਯਾਨੀ ਕਿ ਜੋ ਪੈਸਾ ਸੀਗਾ ਉਹ ਅੰਗਰੇਜ਼ਾਂ ਦੇ ਕੋਲ ਹੀ ਜਾਂਦਾ ਸੀ। ਠੀਕ ਹੈ, ਅਤੇ ਜੋ ਉੱਥੋਂ ਦਾ ਰਾਜਾ ਹੁੰਦਾ ਸੀ ਉਹਨੂੰ ਪੈਨਸ਼ਨ 'ਤੇ ਰੱਖ ਲਿਆ ਜਾਂਦਾ ਸੀ, ਸਾਲ ਦੀ ਪੈਨਸ਼ਨ ਦਿੱਤੀ ਜਾਂਦੀ ਸੀਗੀ। ਠੀਕ ਹੈ, ਸੋ ਇਹ ਸੀਗੀ ਸਬਸਿਡਰੀ ਅਲਾਉਂਸ। ਸੋ ਇਹ ਸਾਰੇ ਕੁਸ਼ਚਨ ਨੇ ਮਾਡਰਨ ਹਿਸਟਰੀ ਦੇ ਕ੍ਰੋਨੋਲੋਜੀ ਵਾਈਜ਼ ਇੰਪੋਰਟੈਂਟ ਕੰਸੈਪਟ। ਠੀਕ ਹੈ, ਆਉਣ ਵਾਲੀ ਵੀਡੀਓਜ਼ ਦੇ ਵਿੱਚ ਵੀ ਆਪਾਂ ਕੁਛ ਦਿਨ ਮਾਡਰਨ ਹਿਸਟਰੀ ਕਵਰ ਕਰਾਂਗੇ, ਸੋ ਦੈਟ ਪੇਪਰਾਂ ਵਾਸਤੇ ਤੁਹਾਡੀ ਅੱਛੀ ਤਿਆਰੀ ਹੋ ਜਾਵੇ ਮਾਡਰਨ ਹਿਸਟਰੀ ਦੀ। ਅਤੇ ਅਗਰ ਤੁਸੀਂ ਕੋਈ ਵੀ ਹੋਰ ਟੋਪਿਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਅਗਰ ਚੈਨਲ 'ਤੇ ਨਵੇਂ ਹੋ ਤਾਂ ਕਾਈਂਡਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਥੈਂਕ ਯੂ ਸੋ ਮੱਚ।